भारत ते ऑस्ट्रेलिया का फाइनल वर्ल्ड कप मैच चल रहा है और जिते वक्-वक् थावां दे उपर लोग दुआवां कर रहे हैं कि भारत जिते और वड्डियां स्क्रीनां भी लगियां हुई हैं फिरोजपुर के वक्-वक् थावां ते वड्डियां स्क्रीनां लगियां और फिरोजपुर के शहरी विधायक रणबीर सिंह भुल्लर भी खुद बैठे और मैच देख रहे हैं ताकि नौजवानों के खेडों के प्रति जिहड़ा उत्साह वधे तो इस चीज़ को लैके अज फिरोजपुर के कमेटी घर नगर कौंसल पार्क के वड्डी LCD लगी हुई है और इत्थे जिहड़ा खुद ये पहुँचे हैगे ने गलबात भी करांगे साडे नाल शहरी विधायक रणबीर सिंह भुल्लर मौजूद है। सर अज तुसीं खुद आए हैगे हो खेडों को प्रफुल्लित करने वास्ते ताकि नौजवान इस पासे आन वड्डी LCD लगाई गई है। जी बिल्कुल जी, सरदार भगवंत सिंह मान साडे माणयोग मुख्यमंत्री पंजाब जिस दिन तो सरकार बनी आ और उन्होंने नाल साडे स्पोर्ट्स मंत्री मीत हेयर जी लगातार यतनशील आ कि पंजाब दे विच घर घर पिंड पिंड दे विच खेड मैदान बनाए जाण और पंजाब दे लोकां नूं खेडां वालों उत्साहित किया जाए तो पंजाब दा नां जिहड़ा पंजाब दे खिडारी बड़े वड्डे लैवल ते रोशन कर रहे आ। हुणे वी साडी शूटिंग दे विच जिहड़ी कुड़ी आ उहने साडा नां एशिया च दर्ज कराया और अगे उह वर्ल्ड कप लई जा रही आ। शुभम गिल वी शुभम गिल जी जी बिल्कुल और ਸਾਡੇ ਪੁਰਾਣੇ ਫਿਰੋਜ਼ਪੁਰ ਜ਼ਿਲ੍ਹੇ ਤੋਂ ਆ ਸੋ ਬੜਾ ਮਨ 'ਚ ਚਾਅ ਸੀਗਾ ਕਿ ਘੱਟੋ ਘੱਟ ਅਸੀਂ ਰੈਕਗਨਾਈਜ਼ ਹੋ ਰਹੇ ਹਾਂ ਸੋ ਫਿਰੋਜ਼ਪੁਰ ਦੇ ਵਿੱਚ ਖੇਡ ਪ੍ਰੇਮੀ ਰਹੇ ਆ ਸਾਡੇ ਓਲੰਪੀਅਨ ਰਹੇ ਆ ਹਾਕੀ ਦੇ ਵਿੱਚ ਵੀ ਰਹੇ ਆ ਬਾਕਸਿੰਗ 'ਚ ਅੱਛੇ ਮੈਡਲ ਆਉਂਦੇ ਰਹੇ ਆ ਹਰ ਕ੍ਰਿਕਟ 'ਚ ਵੀ ਆਉਂਦੇ ਰਹੇ ਆ ਸੋ ਮਾਨ ਸਾਹਿਬ ਦਾ ਜਿੱਥੇ ਸਾਡੇ ਸਿਰ 'ਤੇ ਹੱਥ ਆ ਔਰ ਅਸੀਂ ਬੜੇ ਹੌਸਲੇ ਦੇ ਨਾਲ ਜਿਹੜਾ ਆ ਉਹ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਇਸ ਪਾਸੇ ਲਾ ਰਹੇ ਹਾਂ ਔਰ ਜਲਦੀ ਕੌਣ ਜਿੱਤੂਗਾ ਅੱਜ ਕਿਵੇਂ ਦਾ ਚੱਲ ਰਿਹਾ ਮੁਕਾਬਲਾ ਟਫ ਹੈ ਮੁਕਾਬਲਾ ਦੇਖੋ ਹਿੰਦੁਸਤਾਨ ਦੀ ਟੀਮ ਦੇ ਵਿੱਚ ਇੱਕ ਮਨੋਬਲ ਆ ਔਰ ਜਿਹੜੇ ਸਾਡੇ ਖਿਡਾਰੀ ਆ ਮੈਂ ਸਮਝਦਾ ਦੇਖੋ ਖੇਡ ਪ੍ਰੇਮੀ ਹੋਣ ਦੇ ਨਾਤੇ ਕੋਈ ਵੀ ਟੀਮ ਜਿੱਤੇ ਮੈਂ ਆਪ ਖੁਦ ਸਪੋਰਟਸ ਨਾਲ ਰਿਹਾ ਔਰ ਮੈਂ ਸਮਝਦਾ ਵੀ ਅਜੇ ਤੱਕ ਕੋਈ ਵੱਡੀ ਗੱਲ ਨਹੀਂ ਅਸੀਂ ਬੜੇ ਆਰਾਮ ਨਾਲ ਜਿੱਤਾਂਗੇ ਔਰ ਇਸ ਵਾਰੀ ਪੂਰੀ ਦੁਨੀਆ ਇਹ ਸੋਚ ਰਹੀ ਆ ਵੀ ਜਿਹੜਾ ਇਹ ਵਰਲਡ ਕੱਪ ਆ ਇਹ ਹਿੰਦੁਸਤਾਨ ਦੇ ਝੋਲੀ ਪੈਣਾ ਤਾਂ ਬਿਲਕੁਲ ਸਰ ਤੁਹਾਨੂੰ ਕੀ ਲੱਗਦਾ ਜੀ ਦੇਖੋ ਪਬਲਿਕ ਦੇ ਉਤਸ਼ਾਹ ਦੇ ਤੋਂ ਆਪਾਂ ਦੇਖੀਏ ਹਰ ਬੰਦਾ ਇਹੀ ਚਾਹੁੰਦਾ ਪੰਜਾਬੀ ਹਿੰਦੁਸਤਾਨੀ ਵੀ ਸਾਡੇ ਹਿੰਦੁਸਤਾਨ ਜਿੱਤੇ ਬਾਕੀ ਗੇਮ ਹੈ ਜੀ ਗੇਮ ਜਿਹੜੀ ਹੈਗੀ ਹੈ ਉਹਨੇ ਕੀ ਰੁੱਖ ਲੈਣਾ ਹੈਗਾ ਇਹ ਪਲੇਅਰ ਆਪਣਾ ਦੱਸ ਰਿਹਾ ਬਿਲਕੁਲ ਸਰ ਤੁਹਾਨੂੰ ਕੀ ਲੱਗਦਾ ਜੀ ਕੌਣ ਜਿੱਤੂ ਸਾਰੇ ਅਸੀਂ ਤਾਂ ਉਮੀਦ ਇਹੀ ਕਰਦੇ ਹਾਂ ਕਿ ਆਪਣਾ ਭਾਰਤ ਜਿਹੜਾ ਉਹ ਜਿੱਤੇ ਬਾਕੀ ਗੇਮ ਹੈ ਇਹਦੇ ਵਿੱਚ ਕੀ ਆਉਂਦਾ ਮੁਕਾਬਲਾ ਰੱਖਦੇ ਆ ਇਸ ਵੇਲੇ ਇੰਡੀਆ ਵਿਲ ਵਿਨ ਡੈਫੀਨੇਟਲੀ ਜਿੱਤੇਗਾ ਇੰਡੀਆ ਬਹੁਤ ਤਾਂ ਬਿਲਕੁਲ ਤੁਸੀਂ ਉਤਸ਼ਾਹ ਦੇ ਸਕਦੇ ਹੈਗੇ ਹੋ ਤਾਂ ਇਹਨਾਂ ਦਾ ਕਹਿਣਾ ਹੈਗਾ ਕਿ ਭਾਰਤ ਹੀ ਜਿੱਤੇਗਾ ਔਰ ਉਮੀਦ ਹੈ ਕਿ ਭਾਰਤ ਹੀ ਜਿੱਤੇਗਾ ਔਰ ਸਾਰੇ ਕਹਿ ਵੀ ਰਹੇ ਹੈਗੇ ਕਈ ਥਾਵਾਂ 'ਤੇ ਦੁਆਵਾਂ ਵੀ ਚੱਲ ਰਹੀਆਂ ਹੈਗੀਆਂ ਔਰ ਉਤਸ਼ਾਹ ਜਿਹੜਾ ਉਹ ਸਾਫ਼ ਤੌਰ 'ਤੇ ਨਜ਼ਰ ਆਉਂਦਾ ਹੈਗਾ ਵੱਡੀਆਂ LCD ਸਕਰੀਨਾਂ ਲਗਾ ਕੇ ਜਿਹੜਾ ਖੁਦ ਇੱਥੇ ਵਿਧਾਇਕ ਵੀ ਦੇਖ ਰਹੇ ਔਰ ਲੋਕ ਵੀ ਦੇਖ ਰਹੇ ਹੈਗੇ ਨੇ ਔਰ ਇਹੀ ਕਹਿ ਰਹੇ ਹੈਗੇ ਆ ਕਿ ਭਾਰਤ ਹੀ ਜਿਹੜਾ ਉਹ ਜਿੱਤੂਗਾ। ਕੈਮਰਾ ਪਰਸਨ ਰੋਹਿਤ ਨਾਲ ਸਨੀ ਚੋਪੜਾ, ਲਿਵਿੰਗ ਇੰਡੀਆ ਨਿਊਜ਼, ਪੰਜਾਬ, ਫਿਰੋਜ਼ਪੁਰ।